ਸ਼੍ਰੀ ਪਰਮਾਤਮ ਨੇ ਨਮਹਿ ਯਥਾਰਥ ਗੀਤਾ ਸ਼੍ਰੀਮਦ ਭਗਵਦ ਗੀਤਾ ਆਰੰਭ 17ਵਾਂ ਅਧਿਆਇ ਅਧਿਆਇ 16 ਦੇ ਅੰਤ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਸਾਫ ਕਿਹਾ ਕਿ ਕਾਮ ਕ੍ਰੋਧ ਤੇ ਲੋਭ ਦੇ ਤਿਆਗ ਤੋਂ ਬਾਅਦ ਹੀ ਕਰਮ ਆਰੰਭ ਹੁੰਦਾ ਹੈ, ਜਿਸ ਨੂੰ ਮੈਂ ਬਾਰ ਬਾਰ ਕਿਹਾ ਹੈ। ਉਸ ਨਿਯਤ ਕਰਮ ਨੂੰ ਕੀਤੇ ਬਿਨਾ ਨਾ ਸੁੱਖ, ਨਾ ਸਿੱਧੀ ਅਤੇ ਨਾ ਪਰਮ ਗਤੀ ਹੀ ਮਿਲਦੀ ਹੈ। ਇਸ ਲਈ ਹੁਣ ਤੁਹਾਡੇ ਸਾਹਮਣੇ ਕਰਤੱਵ ਅਤੇ ਅਕਰਤੱਵ ਦੀ ਵਿਵਸਥਾ ਲਈ ਕੀ ਕਰੀਏ ਤੇ ਕੀ ਨਾ ਕਰੀਏ, ਇਸ ਦੇ ਬਾਰੇ ਨਿਰਣੇ ਕਰਨ ਲਈ ਸ਼ਾਸਤਰ ਹੀ ਪ੍ਰਮਾਣ ਹੈ, ਕੋਈ ਹੋਰ ਸ਼ਾਸਤਰ ਨਹੀਂ। ਬਲਕਿ ਇਤੀ ਗੋਹਤਮਮ ਸ਼ਾਸਤ੍ਰਮਿਦਮ, ਖੁਦ ਗੀਤਾ ਹੀ ਉਹ ਸ਼ਾਸਤਰ ਹੈ। ਹੋਰ ਵੀ ਸ਼ਾਸਤਰ ਹਨ, ਪਰ ਇੱਥੇ ਇਸੇ ਗੀਤਾ ਸ਼ਾਸਤਰ ਉੱਤੇ ਨਜ਼ਰ ਰੱਖੋ, ਦੂਜਾ ਨਾ ਢੂੰਡਣ ਲੱਗੋ। ਦੂਜੀ ਜਗ੍ਹਾ ਢੂੰਡੋਗੇ ਤਾਂ ਇਹ ਸਿਲਸਿਲਾ, ਇਹ ਕ੍ਰਮ ਨਹੀਂ ਮਿਲੇਗਾ, ਭਟਕ ਜਾਓਗੇ। ਇਸ ਤੇ ਅਰਜੁਨ ਨੇ ਪ੍ਰਸ਼ਨ ਕੀਤਾ, ಶಾಸ್ತ್ರ ವಿಧಿ ಮುತ್ಸೃಜ್ಯ ಯಜಂತೆ ಶ್ರದ್ಧಯಾನ್ವಿತಾಃ ತೇಷಾಂ ನಿಷ್ಠಾತು ಕಾ ಕೃಷ್ಣ ಸತ್ವಮಾಹೋ ರಜಸ್ತಮಃ। ಹೇ ಕೃಷ್ಣ, ಜೋ ಮನುಖ ಶಾಸ್ತ್ರ ವಿಧಿ ನು ಛಡ್ ಕೇ ಶ್ರದ್ಧಾ ಸಹಿತ ಯಜನ್ ಕರ್ದೇ ಹನ್, ਉਹਨਾਂ ਦੀ ਗਤੀ ਕਿਹੜੀ ਹੈ? ਸਾਤਵਿਕ ਹੈ, ਰਾਜਸੀ ਹੈ ਜਾਂ ਤਾਮਸੀ ਹੈ? ਯਜਨ ਵਿੱਚ ਦੇਵਤਾ, ਯਕਸ਼, ਭੂਤ ਇਤਿਆਦਿ ਸਾਰੇ ਆ ਜਾਂਦੇ ਹਨ। ਸ਼੍ਰੀ ਭਗਵਾਨ ਉਵਾਚ। त्रिविधा भवति श्रद्धा देहिनां सा स्वभावजा सात्विकी राजसी चैव तामसी चेति तां श्रीणु। अध्याय 2 विच योगेश्वर ने दस्या सी कि अर्जुन, इस योग विच ਨਿਰਧਾਰਿਤ ਕ੍ਰਿਆ ਇੱਕ ਹੀ ਹੈ। ਅਵਿਵੇਕੀਆਂ ਦੀ ਬੁੱਧੀ ਅਨੰਤ ਸ਼ਾਖਾਵਾਂ ਵਾਲੀ ਹੁੰਦੀ ਹੈ, ਇਸ ਲਈ ਉਹ ਅਨੰਤ ਕ੍ਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ। ਦਿਖਾਵਟੀ ਸ਼ੋਭਾਮਈ ਬਾਣੀ ਵਿੱਚ ਉਸਨੂੰ ਵਿਅਕਤ ਵੀ ਕਰਦੇ ਹਨ। ਉਹਨਾਂ ਦੀ ਬਾਣੀ ਦੀ ਛਾਪ ਜਿਨ੍ਹਾਂ ਦੇ ਚਿੱਤ ਤੇ ਪੈਂਦੀ ਹੈ ਅਰਜੁਨ, ਉਹਨਾਂ ਦੀ ਬੁੱਧੀ ਵੀ ਨਸ਼ਟ ਹੋ ਜਾਂਦੀ ਹੈ। ਕੁਝ ਪਾਉਣ ਦੀ ਗੱਲ ਤਾਂ ਦੂਰ ਹੀ ਹੈ। ਠੀਕ ਇਸੇ ਗੱਲ ਨੂੰ ਉਹ ਇੱਥੇ ਫੇਰ ਕਹਿੰਦੇ ਹਨ ਕਿ ਜੋ ਸ਼ਾਸਤਰ ਵਿਧੀ ਮੁਤ ਸਰਜੈ, ਸ਼ਾਸਤਰ ਵਿਧੀ ਨੂੰ ਤਿਆਗ ਕੇ ਸਿਮਰਨ ਕਰਦੇ ਹਨ, ਉਹਨਾਂ ਦੀ ਸ਼ਰਧਾ ਵੀ 3 ਤਰ੍ਹਾਂ ਦੀ ਹੁੰਦੀ ਹੈ। ਸ਼੍ਰੀ ਕ੍ਰਿਸ਼ਨ ਦੱਸਦੇ ਹਨ ਕਿ ਮਨੁੱਖ ਦੀ ਆਦਤ ਤੋਂ ਪੈਦਾ ਹੋਈ ਉਹ ਸ਼ਰਧਾ ਸਾਤਵਿਕ, ਰਾਜਸੀ
ਅਤੇ ਤਾਮਸੀ ਐਸੇ ਤਿੰਨ ਪ੍ਰਕਾਰਾਂ ਦੀ ਹੁੰਦੀ ਹੈ, ਜਿਸ ਨੂੰ ਤੂੰ ਮੇਰੇ ਕੋਲੋਂ ਸੁਣ। ਮਨੁੱਖ ਦੇ ਹਿਰਦੇ ਵਿੱਚ ਇਹ ਸ਼ਰਧਾ ਨਿਰੰਤਰ ਹੈ। ਸਤਵਾਨੁਰੂਪਾ ਸਰਵਸਯ ਸ਼੍ਰਦ੍ਧਾ ਭਵਤਿ ਭਾਰਤ ਸ਼੍ਰਦ੍ਧਾਮਯੋਯਂ ਪੁਰੁਸ਼ੋ ਯੋ ਯਚ੍ਛ੍ਰਦ੍ਧ ਸ ਏਵ ਸਹ। ਹੇ ਭਾਰਤ, ਸਾਰੇ ਮਨੁੱਖਾਂ ਦੀ ਸ਼ਰਧਾ ਉਹਨਾਂ ਦੇ ਚਿੱਤ ਦੀਆਂ ਬਿਰਤੀਆਂ ਦੇ ਅਨੁਰੂਪ ਹੁੰਦੀ ਹੈ। ਹਰ ਪੁਰਸ਼ ਸ਼ਰਧਾਮਈ ਹੈ, ਇਸ ਲਈ ਜੋ ਪੁਰਸ਼ ਜੈਸੀ ਸ਼ਰਧਾ ਵਾਲਾ ਹੈ ਉਹ ਆਪ ਵੀ ਵੈਸਾ ਹੀ ਹੈ, ਉਹੀ ਹੈ। ਅਕਸਰ ਲੋਕ ਪੁੱਛਦੇ ਹਨ, ਮੈਂ ਕੌਣ ਹਾਂ? ਕੋਈ ਕਹਿੰਦਾ ਹੈ, ਮੈਂ ਆਤਮਾ ਹਾਂ। ਪਰ ਨਹੀਂ, ਯੋਗੇਸ਼ਵਰ ਦੱਸਦੇ ਹਨ, ਜੈਸੀ ਸ਼ਰਧਾ ਜੈਸੀ ਵਿਰਤੀ ਵੈਸਾ ਪੁਰਸ਼। ਗੀਤਾ ਯੋਗ ਦਰਸ਼ਨ ਹੈ। ਮਹਾਰਿਸ਼ੀ ਪਤੰਜਲੀ ਵੀ ਯੋਗੀ ਸਨ। ਉਹਨਾਂ ਦਾ ਯੋਗ ਦਰਸ਼ਨ ਹੈ। ਯੋਗ ਹੈ ਕੀ? ਉਹਨਾਂ ਨੇ ਦੱਸਿਆ, ਯੋਗਸ ਚਿੱਤ ਬ੍ਰਿਤੀ ਨਿਰੋਧਾ, ਚਿੱਤ ਦੀਆਂ ਬਿਰਤੀਆਂ ਦਾ ਪੂਰਾ ਰੁਕ ਜਾਣਾ ਯੋਗ ਹੈ। ਕਿਸੇ ਨੇ ਮਿਹਨਤ ਕਰਕੇ ਰੋਕ ਵੀ ਲਿਆ ਤਾਂ ਲਾਭ ਕੀ? ਤਦਾ ਦ੍ਰਿਸ਼ਟੂਹ ਸਵਰੂਪੇਵਸਥਾਨਮ। ਉਸ ਸਮੇਂ ਇਹ ਦ੍ਰਿਸ਼ਟਾ ਜੀਵਾਤਮਾ ਆਪਣੇ ਹੀ ਸ਼ਾਸ਼ਵਤ ਸਵਰੂਪ ਵਿੱਚ ਸਥਿਤ ਹੋ ਜਾਂਦਾ ਹੈ। ਕੀ ਸਥਿਤ ਹੋਣ ਤੋਂ ਪਹਿਲਾਂ ਉਹ ਅਸ਼ੁੱਧ ਮਲੀਨ ਸੀ? ਪਤੰਜਲੀ ਕਹਿੰਦੇ ਹਨ, ਵ੍ਰਿਤੀ ਸਾਰੂਪ ਮਿੱਤਰ। ਦੂਜੇ ਸਮੇਂ ਵਿੱਚ ਜੈਸਾ ਬਿਰਤੀ ਦਾ ਰੂਪ ਹੈ, ਵੈਸਾ ਹੀ ਉਹ ਦ੍ਰਿਸ਼ਟਾ ਆਪ ਹੈ। ਇੱਥੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਇਹ ਪੁਰਸ਼ ਸ਼ਰਧਾਮਈ ਹੈ, ਸ਼ਰਧਾ ਨਾਲ ਓਤ ਪ੍ਰੋਤ ਹੈ। ਕਿਧਰੇ ਨਾ ਕਿਧਰੇ ਸ਼ਰਧਾ ਜ਼ਰੂਰ ਹੋਵੇਗੀ, ਅਤੇ ਜੈਸੀ ਸ਼ਰਧਾ ਵਾਲਾ ਹੈ ਉਹ ਖੁਦ ਵੀ ਉਹੀ ਹੈ। ਜੈਸੀ ਬਿਰਤੀ ਵੈਸਾ ਪੁਰਸ਼। ਹੁਣ ਤਿੰਨੋਂ ਸ਼ਰਧਾਵਾਂ ਦਾ ਵਿਭਾਜਨ ਕਰਦੇ ਹਨ। ਯਜੰਤੇ ਸਾਤਵਿਕਾ ਦੇਵਾਂ ਯਕਸ਼ ਰਕਸ਼ਾਂਸਿ ਰਾਜਸਾਹ ਪ੍ਰੇਤਾਂ ਭੂਤਗਣਾਂਸ਼ਚਾਨਯੇ ਯਜੰਤੇ ਤਾਮਸਾ ਜਨਾਹ। ਉਹਨਾਂ ਵਿੱਚੋਂ ਸਾਤਵਿਕ ਪੁਰਸ਼ ਦੇਵਤਿਆਂ ਨੂੰ ਪੂਜਦੇ ਹਨ, ਰਾਜਸੀ ਪੁਰਸ਼ ਯਕਸ਼ ਅਤੇ ਰਾਕਸ਼ਸਾਂ ਨੂੰ ਪੂਜਦੇ ਹਨ, ਅਤੇ ਤਾਮਸ ਪੁਰਸ਼ ਭੂਤ ਪ੍ਰੇਤਾਂ ਨੂੰ ਪੂਜਦੇ ਹਨ। ਉਹ ਪੂਜਾ ਵਿੱਚ ਬੜੀ ਮਿਹਨਤ ਵੀ ਕਰਦੇ ਹਨ। ਅਸ਼ਾਸਤ੍ਰ ਵਿਹਿਤੰ ਘੋਰੰ ਤਪਯੰਤੇ ਤਪੋ ਜਨਾਹ ਦੰਭਾਹੰਕਾਰ ਸੰਯੁਕਤਾਹ ਕਾਮਰਾਗ ਬਲਾਨਵਿਤਾਹ। ਉਹ ਮਨੁੱਖ ਸ਼ਾਸਤ੍ਰ ਵਿਧੀ ਤੋਂ ਰਹਿਤ
ਘੋਰ ਕਲਪਿਤ ਅਰਥਾਤ ਕਲਪਿਤ ਕਿਰਿਆਵਾਂ ਰਚ ਕੇ ਤਪ ਕਰਦੇ ਹਨ। ਦੰਭ ਅਤੇ ਅਹੰਕਾਰ ਨਾਲ ਭਰੇ, ਕਾਮਨਾ ਅਤੇ ਆਸਕਤੀ ਦੇ ਬਲ ਵਿੱਚ ਬੰਨੇ ਹੋਏ, ਕਰਸ਼ਯੰਤ ਸ਼ਰੀਰਸਥੰ ਭੂਤਗ੍ਰਾਮਮਚੇਤਸਹ ਮਾਂ ਚੈਵਾਂਤ ਸ਼ਰੀਰਸਥੰ ਤਾਨ ਵਿਦਿਆਸੁਰ ਨਿਸ਼ਚਯਾਂ। ਉਹ ਸਰੀਰ ਰੂਪ ਵਿੱਚ ਸਥਿਤ ਭੂਤਾਂ ਅਰਥਾਤ ਪ੍ਰਾਣੀਆਂ ਦੇ ਸਮੂਹ ਨੂੰ ਅਤੇ ਅੰਤੇਕਰਨ ਵਿੱਚ ਸਥਿਤ ਮੈਨੂੰ ਅੰਤਰਯਾਮੀ ਨੂੰ ਵੀ ਕਮਜ਼ੋਰ ਕਰਨ ਵਾਲੇ ਹਨ। ਆਤਮਾ ਪ੍ਰਕਿਰਤੀ ਦੀਆਂ ਦਰਾਰਾਂ ਵਿੱਚ ਪੈ ਕੇ ਵਿਕਾਰਾਂ ਨਾਲ ਕਮਜ਼ੋਰ ਅਤੇ ਯੱਗ ਸਾਧਨਾ ਨਾਲ ਬਲਵਾਨ ਹੁੰਦਾ ਹੈ। ਉਹਨਾਂ ਅਗਿਆਨੀਆਂ ਅਰਥਾਤ ਅਚੇਤਾਂ ਨੂੰ ਤੂੰ ਸੱਚਮੁੱਚ ਹੀ ਅਸੁਰ ਜਾਣ, ਅਰਥਾਤ ਉਹ ਸਭ ਦੇ ਸਭ ਅਸੁਰ ਹਨ। ਪ੍ਰਸ਼ਨ ਪੂਰਾ ਹੋਇਆ। ਸ਼ਾਸਤਰ ਵਿਧੀ ਨੂੰ ਤਿਆਗ ਕੇ ਸਿਮਰਨ ਕਰਨ ਵਾਲੇ ਸਾਤਵਿਕ ਪੁਰਸ਼ ਦੇਵਤਿਆਂ ਨੂੰ, ਰਾਜਸੀ ਪੁਰਸ਼ ਯਕਸ਼ ਰਾਕਸ਼ਸਾਂ ਨੂੰ ਅਤੇ ਤਾਮਸੀ ਪੁਰਸ਼ ਭੂਤ ਪ੍ਰੇਤਾਂ ਨੂੰ ਪੂਜਦੇ ਹਨ। ਸਿਰਫ ਪੂਜਦੇ ਹੀ ਨਹੀਂ, ਉਹਨਾਂ ਲਈ ਘੋਰ ਤਪ ਕਰਦੇ ਹਨ। ਪਰ ਅਰਜੁਨ ਸਰੀਰ ਰੂਪ ਨਾਲ ਭੂਤਾਂ ਨੂੰ ਅਤੇ ਅੰਤਰਯਾਮੀ ਰੂਪ ਨਾਲ ਸਥਿਤ ਮੈਨੂੰ ਪਰਮਾਤਮਾ ਨੂੰ ਇਹ ਕਮਜ਼ੋਰ ਕਰਨ ਵਾਲੇ ਹਨ, ਮੇਰੇ ਤੋਂ ਦੂਰੀਆਂ ਵਧਾਉਣ ਵਾਲੇ ਹਨ, ਸਿਮਰਨ ਵਾਲੇ ਨਹੀਂ ਹਨ। ਉਹਨਾਂ ਨੂੰ ਤੂੰ ਅਸੁਰ ਜਾਣ, ਅਰਥਾਤ ਦੇਵਤਿਆਂ ਨੂੰ ਪੂਜਣ ਵਾਲੇ ਵੀ ਅਸੁਰ ਹਨ। ਇਸ ਤੋਂ ਵੱਧ ਕੋਈ ਕੀ ਕਹੇਗਾ? ਇਸ ਲਈ ਜਿਸ ਦੇ ਇਹ ਸਾਰੇ ਅੰਸ਼ ਮਾਤਰ ਹਨ, ਉਸ ਮੂਲ ਇੱਕ ਪਰਮਾਤਮਾ ਦਾ ਭਜਨ ਕਰੋ। ਇਸੇ ਉੱਤੇ ਪਰਮ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਬਾਰ ਬਾਰ ਜ਼ੋਰ ਦਿੱਤਾ ਹੈ। ਆਹਾਰਸ੍ਤ್ਵਪਿ ਸਰਵਸ੍ਯ ਤ੍ਰਿਵਿਧੋ ਭਵਤਿ ਪ੍ਰਿਯਃ ਯਜ੍ਞਸ੍ਤਪਸ੍ਤਥਾ ਦਾਨਮ ਤੇਸ਼ਾਂ ਭੇਦਮਿਮਂ ਸ਼੍ਰਿਣੁ। ਅਰਜੁਨ, ਜਿਵੇਂ ਸ਼ਰਧਾ ਤਿੰਨ ਪ੍ਰਕਾਰ ਦੀ ਹੁੰਦੀ ਹੈ, ਉਸੇ ਤਰ੍ਹਾਂ ਸਭ ਨੂੰ ਆਪਣੇ ਆਪਣੇ ਸੁਭਾਅ ਅਨੁਸਾਰ ਭੋਜਨ ਵੀ ਤਿੰਨ ਪ੍ਰਕਾਰ ਦਾ ਚੰਗਾ ਲੱਗਦਾ ਹੈ, ਅਤੇ ਉਸੇ ਤਰ੍ਹਾਂ ਹੀ ਯੱਗ, ਤਪ ਅਤੇ ਦਾਨ ਵੀ ਤਿੰਨ ਤਿੰਨ ਪ੍ਰਕਾਰ ਦੇ ਹੁੰਦੇ ਹਨ। ਉਹਨਾਂ ਦੇ ਭੇਦ ਨੂੰ ਤੂੰ ਮੇਰੇ ਕੋਲੋਂ ਸੁਣ। ਪਹਿਲੇ ਸੁਣ ਆਹਾਰ ਦੇ ਬਾਰੇ। ਆਯੁ ਸਤਵ ਬਲਾਰੋਗ ਸੁਖ ਪ੍ਰੀਤਿ ਵਿਵਰਧਨਾ ਰਸਿਆ ਸਨਿਗਧਾ ਸਥਿਰਾਰਿਤਿਆ ਆਹਾਰਾ ਸਾਤਵਿਕ ਪ੍ਰਿਯਾ। ਆਯੂ, ਬੁੱਧੀ, ਬਲ, ਅਰੋਗਿਤਾ, ਸੁਖ ਤੇ ਪ੍ਰੀਤੀ ਨੂੰ ਵਧਾਉਣ ਵਾਲੇ, ਰਸ ਯੁਕਤ ਚਿਕਨੇ ਅਤੇ ਸਥਿਰ ਰਹਿਣ ਵਾਲੇ ਅਤੇ ਸਵਾਬ ਤੋਂ ਹੀ ਹਿਰਦੇ ਨੂੰ ਚੰਗੇ ਲੱਗਣ ਵਾਲੇ ਭੋਜ ਪਦਾਰਥ ਸਾਤਵਿਕ ਪੁਰਸ਼ ਨੂੰ ਅੱਛੇ ਲੱਗਦੇ ਹਨ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਸਵਾਬ ਤੋਂ
ਹਿਰਦੇ ਨੂੰ ਚੰਗਾ ਲੱਗਣ ਵਾਲਾ ਬਲ, ਅਰੋਗਿਤਾ, ਬੁੱਧੀ ਅਤੇ ਆਯੂ ਵਧਾਉਣ ਵਾਲਾ ਭੋਜ ਪਦਾਰਥ ਹੀ ਸਾਤਵਿਕ ਹੈ। ਜੋ ਭੋਜ ਪਦਾਰਥ ਸਾਤਵਿਕ ਹੈ, ਉਹੀ ਸਾਤਵਿਕ ਮਨੁੱਖ ਨੂੰ ਅੱਛਾ ਲੱਗਦਾ ਹੈ। ਕਟਵੰ ਲਲਵਣਾ ਤਿਉਸ਼ਣ ਤੀਕ੍ਸ਼ਣ ਰੂਕਸ਼ ਵਿਦਾਹੀਨ ਆਹਾਰਾਜਸਸ੍ਯੇਸ਼ਾ ਦੁੱਖ ਸ਼ੋਕਾਮਯ ਪ੍ਰਦਾਹ। ਕੌੜੇ, ਖੱਟੇ, ਵੱਧ ਨਮਕੀਨ, ਜ਼ਿਆਦਾ ਗਰਮ, ਤਿੱਖੇ, ਰੁੱਖੇ, ਜਲਣ ਪੈਦਾ ਕਰਨ ਵਾਲੇ ਅਤੇ ਦੁੱਖ, ਚਿੰਤਾ ਤੇ ਰੋਗ ਪੈਦਾ ਕਰਨ ਵਾਲੇ ਆਹਾਰ ਰਾਜਸ ਪੁਰਸ਼ ਨੂੰ ਚੰਗੇ ਲੱਗਦੇ ਹਨ। ਯਾਤਯਾਮੰ ਗਤਰਸੰ ਪੂਤਿ ਪਰਯੁਸ਼ਿਤੰ ਚਯਤ ਉਚ੍ਛਿਸ਼ਟਮਪਿ ਚਾਮੀਧ੍ਯੰ ਭੋਜਨੰ ਤਾਮਸ ਪ੍ਰਿਯੰ। ਜੋ ਭੋਜਨ ਇੱਕ ਪਹਿਰ ਅਰਥਾਤ 3 ਘੰਟੇ ਤੋਂ ਵੱਧ ਦੇਰ ਪਹਿਲਾਂ ਦਾ ਬਣਿਆ ਹੋਇਆ ਹੈ, ਗਤ ਰਸਮ, ਰਸ ਰਹਿਤ, ਦੁਰਗੰਧ ਵਾਲਾ, ਬਾਸੀ, ਜੂਠਾ ਤੇ ਅਪਵਿੱਤਰ ਵੀ ਹੈ, ਉਹ ਤਾਮਸ ਪੁਰਸ਼ ਨੂੰ ਚੰਗਾ ਲੱਗਦਾ ਹੈ। ਪ੍ਰਸ਼ਨ ਪੂਰਾ ਹੋਇਆ। ਹੁਣ ਵੇਖੀਏ ਯੱਗ। ਅਫਲਾਕਾਂਕਸ਼ਿਭਿਰਯਜ್ਞੋ ਵਿਧਿਦ੍ਰਿਸ਼ਟੋ ਯ ਇਜ੍ਜਤੇ ਯਸ਼ਟਵ੍ਯਮੇਵੇਤਿ ਮਨਃ ਸਮਾਧਾਯ ਸ ਸਾਤ੍ਵਿਕਃ। ਜੋ ਯੱਗ ਵਿਧੀ ਦ੍ਰਿਸ਼ਟ ਸ਼ਾਸਤਰ ਵਿਧੀ ਨਾਲ ਨਿਰਧਾਰਿਤ ਕੀਤਾ ਗਿਆ ਹੈ, ਜਿਵੇਂ ਪਿੱਛੇ ਅਧਿਆਇ 3 ਵਿੱਚ ਯੱਗ ਦਾ ਨਾਮ ਲਿਆ, ਅਧਿਆਇ 4 ਵਿੱਚ ਯੱਗ ਦਾ ਸਵਰੂਪ ਦੱਸਿਆ ਕਿ ਬਹੁਤ ਸਾਰੇ ਯੋਗੀ ਪ੍ਰਾਣ ਨੂੰ ਅਪਾਨ ਵਿੱਚ ਅਤੇ ਅਪਾਨ ਨੂੰ ਪ੍ਰਾਣ ਵਿੱਚ ਹਵਨ ਕਰਦੇ ਹਨ। ਪ੍ਰਾਣ ਅਪਾਨ ਦੀ ਗਤੀ ਦਾ ਨਿਰੋਧ ਹਨ, ਇਸ ਤਰ੍ਹਾਂ ਦੀ ਗਤੀ ਸਥਿਰ ਕਰ ਲੈਂਦੇ ਹਨ, ਸੰਯਮ ਅਗਨੀ ਵਿੱਚ ਹਵਨ ਕਰਦੇ ਹਨ। ਇਸ ਤਰ੍ਹਾਂ ਯੱਗ ਦੇ 14 ਤਰੀਕੇ ਦੱਸੇ, ਜੋ ਸਭ ਦੇ ਸਭ ਬ੍ਰਹਮ ਤੱਕ ਦੀ ਦੂਰੀ ਤੈਅ ਕਰਾਉਣ ਵਾਲੀ ਇੱਕੋ ਕ੍ਰਿਆ ਦੀਆਂ ਉੱਚੀਆਂ ਨੀਵੀਆਂ ਅਵਸਥਾਵਾਂ ਹਨ। ਸੰਖੇਪ ਵਿੱਚ ਯੱਗ ਚਿੰਤਨ ਵਿਸ਼ੇਸ਼ ਦੀ ਪ੍ਰਕਿਰਿਆ ਦਾ ਚਿਤਰਣ ਹੈ, ਜਿਸ ਦਾ ਪਰਿਣਾਮ ਸਨਾਤਨ ਬ੍ਰਹਮ ਵਿੱਚ ਪ੍ਰਵੇਸ਼ ਹੈ, ਜਿਸ ਦਾ ਵਿਧਾਨ ਇਸ ਸ਼ਾਸਤਰ ਰਾਹੀਂ ਕੀਤਾ ਗਿਆ ਹੈ। ਉਸੇ ਸ਼ਾਸਤਰ ਵਿਧਾਨ ਉੱਤੇ ਫੇਰ ਜ਼ੋਰ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਅਰਜੁਨ, ਸ਼ਾਸਤਰ ਵਿਧੀ ਨਾਲ ਨਿਯਤ ਕੀਤਾ ਯੱਗ ਜੋ ਕਰਨਾ ਹੀ ਕਰਤੱਵ ਹੈ ਅਤੇ ਜੋ ਮਨ ਦਾ ਨਿਰੋਧ ਕਰਨ ਵਾਲਾ ਹੈ, ਜੋ ਫਲ ਦੀ ਇੱਛਾ ਨਾ ਕਰਨ ਵਾਲੇ ਪੁਰਸ਼ ਰਾਹੀਂ ਕੀਤਾ ਜਾਂਦਾ ਹੈ, ਉਹ ਯੱਗ ਸਾਤਵਿਕ ਹੈ। ਅਭਿਸੰਧਾਯ ਤੁ ਫਲੰ ਦੰਭਾਰਥਮਪਿ ਚੈਵ ਯਤ ਇਜ੍ਜਤੇ ਭਰਤ ਸ਼੍ਰੇਸ਼ਠ ਤਮ ਯੱਗ
यज्ञं विद्धि राजसं। हे अर्जुन, जो यज्ञ सिर्फ टोंग रचन लई होवे जां फल नू मकसद बना के कीता गया होवे, उस नू तू राजस यज्ञ जान। इस दा करता यज्ञ दी विधि जानदा है, पर दंभ जां टोंग अते फल नू मकसद बना के करदा है कि फलानी चीज मिलेगी, लोकी वेखणगे कि यज्ञ करदा है, वाह वाही करणगे। ऐसा यज्ञ करता असल विच राजसी है। हुण तामस यज्ञ दा स्वरूप दसते हन। विधिहीनम सृष्टान्नम मंत्रहीनम दक्षिणम श्रद्धा विरहितं यज्ञं तामसं परिचक्षते। जो यज्ञ शास्त्र विधि तो रहित है, जो अन्न अर्थात परमात्मा दी सृष्टि कर सकन विच असमर्थ है, मन नू अंतःकरण विच रोकन विच असमर्थ है, दक्षिणा अर्थात सब कुछ समर्पण तो रहित है, अते जो श्रद्धा रहित है, ऐसा यज्ञ तामस यज्ञ किया जांदा है। ऐसा पुरुष असली यज्ञ नू जानदा ही नहीं। हुण वेखिए तप। देवद्विज गुरु प्राज्ञ पूजनम शौच मार्जवम ब्रह्मचर्यमहिंसाच शारीरम तप उच्यते। परम देव परमात्मा, द्वैत उत्ते जित पाउण वाले द्विज, सतगुरु अते ज्ञानी जना दी पूजा, पवित्रता, सरलता, ब्रह्मचार्य अते अहिंसा नू शरीर दा तप कहा जांदा है। शरीर हमेशा वासनावां दे वल दौड़दा है। उस शरीर नू उपरोक्त बिरतियां दे अनुकूल करन लई तपाउणा शरीरिक तप है। अनुद्वेगकरं वाक्यं सत्यं प्रियहितं च यत् स्वाध्यायाभ्यसनं चैव वाङ्मयं तप उच्यते। उद्वेग ना पैदा करने वाली प्यारी हितकारी सच्ची बोली बोलण दा अते परमात्मा विच प्रवेश दिवाउण वाले शास्त्र दे चिंतन दा अभ्यास, नाम दा जाप, एह बाणी अर्थात बोलण दा तप कहा जांदा है। वाणी विषयां वाले विचार भी प्रगट करदी रहिंदी है। इस नू उस पास्यों समेट के परम सत परमात्मा बल लगाउणा वाणी दा अर्थात बोल चाल दा तप कहा जांदा है। हुण मन दा तप वेखिए। मन प्रसाद सौम्यत्वं मौनमात्म विनिग्रह भाव संशुद्धिरित्यर्थः।
इत्येतत् तपोमानसमुच्यते। मन दी प्रसन्नता, निम्रता, मौन अर्थात इष्ट दे इलावा होर गल्लां दा ध्यान तक ना आउणा, मन दा निरोध, अंते करण दी पूरी पवित्रता, एह मन दा तप कहा जांदा है। उपरोक्त तिन्ना तरां दे तप अर्थात शरीर, बचन ते मन मिलके एक सात्विक तप बनदा है। श्रद्धया परया तप्तम् तपस्तत्त्रिविधं नरैः अफलाकांक्षिभिर्युक्तैः सात्विकं परिचक्षते। फल ना चांदे हुए अर्थात निष्काम कर्म नाल युक्त पुरुषां राही पूरी श्रद्धा नाल कीते हुए उपरोक्त तिन्ना तपां नूं मिला के सात्विक तप कहिंदे हन। राजसी तप दे बारे सत्कार मान पूजार्थम् तपोदम्भेन चैव यत् क्रियते तदिह प्रोक्तम् राजसं चलमध्रुवम्। जो तप सत्कार मान अते पूजा दे लई जां सिर्फ पाखंड करन लई कीता जांदा है ओह अनिश्चित अते चंचल फल वाला अर्थात आस पूरी ना करन वाला तप राजस तप कहा जांदा है। मूढग्राहेणात्मनो यत् पीडया क्रियते तपः परस्योत्सादनार्थं वा तत्तामसमुदारहितम्। जो तप मूर्खता नाल हठ नाल मन वचन अते शरीर दी पीड़ा नाल जा दूजियां दा बुरा करन लई बदले दी भावना नाल कीता जांदा है उस तप नूं तमस तप कहा गया है। इस तरह सात्विक तप विच शरीर, मन अते वाणी नूं केवल ईस्ट बल ही मोड़ना है। राजस तप विच तप दी क्रिया उही है पर दंभ, मान आदि ले ही करन दी भावना है। अक्सर महात्मा लोग घर बार छड़न दे बाद भी इस विकार दे शिकार हो जांदे हन। तीजा तामसी तप विधि दे विरुद्ध होण वाला तप है जो होरां नूं दुख देण लई कीता जांदा है। हुण दान दे बारे ओह दसदे हन। दातव्यमिति यद्दानम् दीयते नुपकारिणि देशे काले च पात्रे च तद्दानम् सात्विकम् स्मृतम्। दान देना ही कर्तव्य है। इस भावना दे नाल जो दान देश
ਅਰਥਾਤ ਸਥਾਨ, ਕਾਲ ਅਰਥਾਤ ਸਮੇਂ ਦੇ ਅਨੁਕੂਲ ਅਤੇ ਦਾਨ ਦੇ ਸਹੀ ਹੱਕਦਾਰ ਬੰਦੇ ਨੂੰ ਦਿੱਤਾ ਜਾਂਦਾ ਹੈ ਅਤੇ ਬਦਲੇ ਵਿੱਚ ਕੋਈ ਕਾਮਨਾ ਨਹੀਂ ਰੱਖੀ ਜਾਂਦੀ, ਐਸਾ ਦਾਨ ਸਾਤਵਿਕ ਕਿਹਾ ਜਾਂਦਾ ਹੈ। ਯਤੁ ਪ੍ਰਤਿਉਪਕਾਰਾਰਥਮ ਫਲਮੁਦ੍ਦਿਸ਼ਯ ਵਾ ਪੁਨਃ ਦੀਯਤੇ ਚ ਪਰਿਕਲਿਸ਼ਟਮ ਤਦ੍ਦਾਨਮ ਰਾਜਸਮ ਸਮ੍ਰਿਤਮ। ਜੋ ਦਾਨ ਕਲੇਸ਼ ਨਾਲ ਅਰਥਾਤ ਜ਼ਬਰਦਸਤੀ ਆਪਣੀ ਸਮਰਥਾ ਤੋਂ ਵੱਧ ਅਤੇ ਇਹ ਸੋਚ ਕੇ ਕਿ ਇਸ ਦੇ ਬਦਲੇ ਇਹ ਮਿਲੇਗਾ ਜਾਂ ਫਲ ਪ੍ਰਾਪਤੀ ਲਈ ਕੀਤਾ ਜਾਂਦਾ ਹੈ, ਉਹ ਦਾਨ ਰਾਜਸ ਕਿਹਾ ਜਾਂਦਾ ਹੈ। ਆਦੇਸ਼ ਕਾਲੇ ਯਦ ਦਾਨਮ ਅਪਾਤ੍ਰੇਭ੍ਯਸ਼ਚ ਦੀਯਤੇ ਅਸਤਕ੍ਰਿਤਮ ਅਵਗਿਆਤਮ ਤਤਾਮ ਸਮੁਦਾਰਿਤਮ। ਜੋ ਦਾਨ ਬਿਨਾਂ ਸਤਕਾਰ ਕੀਤੇ ਜਾਂ ਤ੍ਰਿਸਕਾਰ ਨਾਲ ਝਿੜਕ ਕੇ ਦੇਸ਼ ਕਾਲ ਦੇ ਅਯੋਗ ਅਣ ਅਧਿਕਾਰੀਆਂ ਨੂੰ ਅਰਥਾਤ ਜੋ ਦਾਨ ਦੇ ਹੱਕਦਾਰ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਹੈ, ਉਹ ਦਾਨ ਤਾਮਸੀ ਕਿਹਾ ਗਿਆ ਹੈ। ਪੂਜੇ ਮਹਾਰਾਜ ਜੀ ਕਿਹਾ ਕਰਦੇ ਸਨ, ਓਏ ਕੁਪਾਤਰ ਨੂੰ ਅਰਥਾਤ ਦਾਨ ਦੇ ਅਯੋਗ ਨੂੰ ਦਾਨ ਦੇਣ ਵਾਲਾ ਦਾਤਾ ਨਸ਼ਟ ਹੋ ਜਾਂਦਾ ਹੈ। ਠੀਕ ਇਹੋ ਗੱਲ ਸ਼੍ਰੀ ਕ੍ਰਿਸ਼ਨ ਦੱਸਦੇ ਹਨ ਕਿ ਯੋਗ ਬੰਦੇ ਨੂੰ ਦਾਨ ਦੇਣਾ ਹੀ ਕਰਤੱਵ ਹੈ। ਦੇਸ਼ ਕਾਲ ਅਤੇ ਦਾਨ ਦੇ ਅਧਿਕਾਰੀ ਦਾ ਧਿਆਨ ਰੱਖਦੇ ਹੋਏ, ਬਦਲੇ ਵਿੱਚ ਕੋਈ ਉਪਕਾਰ ਨਾ ਚਾਹੁੰਦੇ ਹੋਏ, ਉਦਾਰਤਾ ਨਾਲ ਕੀਤਾ ਗਿਆ ਦਾਨ ਸਾਤਵਿਕ ਦਾਨ ਹੈ। ਮੁਸ਼ਕਿਲ ਨਾਲ ਦਿੱਤਾ ਜਾਣ ਵਾਲਾ, ਮਜਬੂਰਨ ਦਿੱਤਾ ਗਿਆ ਅਤੇ ਬਦਲੇ ਵਿੱਚ ਫਲ ਦੀ ਭਾਵਨਾ ਰੱਖ ਕੇ ਦਿੱਤਾ ਗਿਆ ਦਾਨ ਰਾਜਸ ਹੈ ਅਤੇ ਬਿਨਾਂ ਸਤਿਕਾਰ ਝਿੜਕੀਆਂ ਨਾਲ ਦੇਸ਼ ਕਾਲ ਦੇ ਉਲਟ ਕੁਪਾਤਰ ਨੂੰ ਦਿੱਤਾ ਦਾਨ ਤਾਮਸ ਹੈ, ਪਰ ਹੈ ਉਹ ਦਾਨ ਹੀ। ਲੇਕਿਨ ਜੋ ਮਨੁੱਖ ਇਹ ਸਾਰੇ ਦਾਨ ਮਮਤਾ ਆਦਿ ਛੱਡ ਕੇ ਸਿਰਫ ਇਸ਼ਟ ਉੱਤੇ ਨਿਰਭਰ ਹੈ, ਉਸਦੇ ਲਈ ਦਾਨ ਦਾ ਤਰੀਕਾ ਇਸ ਤੋਂ ਵੀ ਉੱਪਰ ਹੈ ਅਤੇ ਉਹ ਤਰੀਕਾ ਹੈ ਆਪਣਾ ਸਭ ਕੁਝ ਸਮਰਪਣ ਕਰ ਦੇਣਾ, ਸਾਰੀਆਂ ਵਾਸਨਾਵਾਂ ਤੋਂ ਹਟ ਕੇ ਮਨ ਦਾ ਸਮਰਪਣ। ਜਿਵੇਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ, ਮਯੇਵ ਮਨ ਅਧਤਸਵ। ਇਹ ਦਾਨ ਬੜਾ ਜ਼ਰੂਰੀ ਹੈ। ਹੁਣ ਵੇਖੀਏ ਓਮ ਤਤ ਅਤੇ ਸਤ ਦਾ ਸਵਰੂਪ। ॐ तत्सदिति निर्देशो ब्रह्मणस्त्रिविध स्मृतः ब्राह्मणास्तेन वेदाश्च यज्ञाश्च विहिताः पुरा। अर्जुन, ओम तत् अते सत् ये तीन तरह का नाम
ब्रह्मणः निर्देशः स्मृतः। ब्रह्म दा निर्देश अर्थात संकेत देंदा है, स्मृति दिओंदा है, अते ब्रह्म दा प्रतीक है। उसे विचों पुरा पूर्व विच अर्थात आरंभ विच ब्राह्मण वेद अते यज्ञ आदि दी रचना हुई है। अर्थात ब्राह्मण यज्ञ अते वेद ओम तो पैदा हुंदे हन। ओम दे लगातार ध्यान चिंतन राही इना दी उत्पत्ति हुई है, किसे होर तरीके नाल नहीं। तस्मादो मित्युदारित्य यज्ञदान तपः क्रियाः प्रवर्तन्ते विधानोक्ता सततं ब्रह्मवादिनाम्। इसलिए ब्रह्म दे बारे महापुरुषां राही शास्त्र विधि नाल निर्धारित कीतियां होईयां जेड़ियां यज्ञ दान तप क्रियावां हन ओह लगातार ओम दा उच्चारण करके ही बनियां हन, जो ब्रह्म दी याद करौंदियां हन। हुण तत् शब्द दा प्रयोग दसते हन। तदित्यनभिसंधाय फलं यज्ञ तप क्रिया दान क्रियाश्च विविधाः क्रियन्ते मोक्षकांक्षिभिः। तत् अर्थात ओह यानी परमात्मा ही सर्वथाई है। इस भावना नाल फल ना चाहते हुए शास्त्र निर्धारित यज्ञ तप अते दान दियां क्रियावां परम कल्याण दी इच्छा वाले पुरशां राही कीतियां जांदियां हन। तत् शब्द परमात्मा दे प्रति समर्पण दा सूचक है। अर्थात जप ता ओम दा करो अते उस दे उत्ते निर्भर होके यज्ञ दान ते तप दियां क्रियावां करो। हुण ओह सत दा प्रयोग दसते हन। सद्भावे साधुभावे च सदित्ये तत् प्रयुज्यते प्रशस्ते कर्मणि तथा सच्छब्दः पार्थ युज्यते। योगेश्वर दसदे हन कि सत की है। गीता दे आरंभ विच ही अर्जुन ने प्रश्न कीता सी कि कुल धर्म ही शाश्वत है, सत्य है। तां श्री कृष्ण ने कहा सी अर्जुन तैनू यह अज्ञान कित्थों हो गया, सत्य दा तिन्ना कालां विच कदे भी अभाव नहीं हुंदा, उसनू मिटाया नहीं जा सकता, अते असत्य दा तिन्ना कालां विच अस्तित्व नहीं हुंदा, उसनू रोक के रख्या नहीं जा सकता। दरअसल ओह की है जिसदा तिन्ना कालां विच अभाव नहीं हुंदा। तां दस्या एह आत्मा ही सत्य है अते सारे भूत प्राणियां दे शरीर नाशवान हन। आत्मा सनातन है, अव्यक्त है, शाश्वत ते
ਅੰਮ੍ਰਿਤ ਸਵਰੂਪ ਹੈ, ਇਹੋ ਪਰਮ ਸੱਤਿਅ ਹੈ। ਇੱਥੇ ਕਹਿੰਦੇ ਹਨ ਸੱਚੇ ਪਰਮਾਤਮਾ ਦਾ ਨਾਮ ਸੱਤਿਅ ਹੈ, ਸਦਭਾਵੇ ਸੱਚ ਦੇ ਲਈ ਅਤੇ ਸਾਧੂ ਭਾਵ ਅਰਥਾਤ ਸੱਚੇ ਭਾਵ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਹੇ ਪਾਰਥ, ਜਦੋਂ ਕਰਮ ਹਰ ਤਰੀਕੇ ਨਾਲ ਪੂਰਨਤਾ ਨਾਲ ਹੋਣ ਲੱਗਦਾ ਹੈ ਤਾਂ ਉਸ ਲਈ ਸੱਤ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੱਤ ਦਾ ਮਤਲਬ ਇਹ ਨਹੀਂ ਕਿ ਉਹ ਚੀਜ਼ਾਂ ਸਾਡੀਆਂ ਹਨ। ਜਦ ਸਰੀਰ ਹੀ ਸਾਡਾ ਨਹੀਂ ਹੈ ਤਾਂ ਇਸਦੇ ਕੰਮ ਆਉਣ ਵਾਲੀਆਂ ਚੀਜ਼ਾਂ ਸਾਡੀਆਂ ਕਿਵੇਂ ਹੋਣਗੀਆਂ? ਸੱਤਿਅ ਇਹ ਨਹੀਂ ਹੈ। ਸੱਤਿਅ ਦਾ ਪ੍ਰਯੋਗ ਸਿਰਫ ਇੱਕੋ ਗੱਲ ਲਈ ਕੀਤਾ ਜਾਂਦਾ ਹੈ, ਅਰਥਾਤ ਸੱਤਿਅ ਭਾਵ ਵਿੱਚ ਆਤਮਾ ਹੀ ਪਰਮ ਸੱਤਿਅ ਹੈ। ਇਸ ਸੱਤਿਅ ਲਈ ਭਾਵਨਾ ਹੋਵੇ, ਉਸਦੀ ਸਾਧਨਾ ਲਈ ਸਾਧੂ ਭਾਵ ਹੋਵੇ ਅਤੇ ਉਸਦੀ ਪ੍ਰਾਪਤੀ ਕਰਾਉਣ ਵਾਲਾ ਕਰਮ ਭਲੀ ਭਾਂਤ ਹੋਣ ਲੱਗੇ ਤਾਂ ਉਸੇ ਲਈ ਸੱਤਿਅ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੇ ਬਾਰੇ ਯੋਗੇਸ਼ਵਰ ਪਹਿਲਾਂ ਤੋਂ ਹੀ ਦੱਸਦੇ ਹਨ। ਯੱਗੇ ਤਪਸਿਦਾਨੀ ਚ ਸਥਿਤੀ ਸਦਿਤਿ ਚੋਚਤੇ ਕਰਮ ਚੈਵ ਤਦਰਥੀਯਮ ਯੱਗ ਤਪ ਅਤੇ ਦਾਨ ਕਰਨ ਨਾਲ ਜੋ ਪ੍ਰਾਪਤੀ ਹੁੰਦੀ ਹੈ ਉਹ ਵੀ ਸੱਤਿਅ ਹੈ। ਐਸਾ ਕਿਹਾ ਜਾਂਦਾ ਹੈ ਤਦਰਥਿਅਮ, ਉਸ ਪਰਮਾਤਮਾ ਦੀ ਪ੍ਰਾਪਤੀ ਲਈ ਕੀਤਾ ਹੋਇਆ ਕਰਮ ਹੀ ਸੱਤਿਅ ਹੈ। ਯੱਗ ਦਾਨ ਤਪ ਤਾਂ ਇਸ ਕਰਮ ਨੂੰ ਪੂਰਾ ਕਰਨ ਵਾਲੇ ਹਨ। ਅੰਤ ਵਿੱਚ ਉਹ ਨਿਰਣੇ ਦਿੰਦੇ ਹੋਏ ਕਹਿੰਦੇ ਹਨ ਕਿ ਇਹਨਾਂ ਸਾਰਿਆਂ ਲਈ ਸ਼ਰਧਾ ਜ਼ਰੂਰੀ ਹੈ। ਅਸ਼ਰਧਯਾ ਹੁਤੰ ਦਤਮ ਤਪਸਤਪਤਮ ਕ੍ਰਿਤੰ ਚਯਤ ਅਸਦਿਤ੍ਯੁਚ੍ਯਤੇ ਪਾਰਥ ਨ ਚ ਤਤ ਪ੍ਰੇਤ੍ਯਨੋ ਇਹ। ਹੇ ਪਾਰਥ, ਬਿਨਾਂ ਸ਼ਰਧਾ ਦੇ ਕੀਤਾ ਹੋਇਆ ਹਵਨ, ਦਿੱਤਾ ਹੋਇਆ ਦਾਨ, ਤਪਿਆ ਹੋਇਆ ਤਪ ਅਤੇ ਜੋ ਕੁਝ ਵੀ ਕੀਤਾ ਹੋਇਆ ਕਰਮ ਹੈ ਉਹ ਸਾਰਾ ਅਸੱਤਿਅ ਹੈ। ਐਸਾ ਕਿਹਾ ਜਾਂਦਾ ਹੈ ਉਹ ਨਾ ਤਾਂ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਲਾਭ ਦਿੰਦਾ ਹੈ। ਇਸ ਲਈ ਸਮਰਪਣ ਦੇ ਨਾਲ ਸ਼ਰਧਾ ਬੜੀ ਜ਼ਰੂਰੀ ਹੈ। ਸਾਰ ਅਧਿਆਇ ਦੇ ਆਰੰਭ ਵਿੱਚ ਹੀ ਅਰਜੁਨ ਨੇ ਪ੍ਰਸ਼ਨ ਕੀਤਾ ਕਿ ਭਗਵਾਨ, ਜੋ ਸ਼ਾਸਤਰ ਵਿਧੀ ਨੂੰ ਛੱਡ ਕੇ ਅਤੇ ਸ਼ਰਧਾ ਦੇ ਨਾਲ ਭਰ ਕੇ ਯੱਗ ਕਰਦੇ ਹਨ ਤਾਂ ਉਹਨਾਂ ਦੀ ਸ਼ਰਧਾ ਕਿਹੋ ਜਿਹੀ ਹੈ? ਸਾਤਵਿਕ ਹੈ, ਰਾਜਸ ਹੈ ਜਾਂ ਤਾਮਸ ਹੈ? ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਰਜੁਨ, ਇਹ ਪੁਰਸ਼ ਸ਼ਰਧਾ ਦਾ ਸਵਰੂਪ ਅਰਥਾਤ ਪੁਤਲਾ ਹੈ, ਕਿਸੇ ਨਾ ਕਿਸੇ ਉੱਤੇ ਇਸਦੀ ਸ਼ਰਧਾ ਰਹਿੰਦੀ ਹੀ ਹੈ। ਪਰ ਜੈਸੀ ਸ਼ਰਧਾ ਵੈਸਾ ਪੁਰਸ਼ ਹੁੰਦਾ ਹੈ, ਜੈਸੀ ਬਿਰਤੀ ਵੈਸਾ ਪੁਰਸ਼। ਪੁਰਸ਼ ਵਿੱਚ ਇਹ ਸ਼ਰਧਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸਾਤਵਿਕ,
ਰਾਜਸ ਅਤੇ ਤਾਮਸ ਸਾਤਵਿਕ ਸ਼ਰਧਾ ਵਾਲੇ ਦੇਵਤਿਆਂ ਨੂੰ ਪੂਜਦੇ ਹਨ। ਰਾਜਸ ਸ਼ਰਧਾ ਵਾਲੇ ਯਕਸ਼ ਰਾਕਸ਼ਸਾਂ ਦੇ ਪਿੱਛੇ ਲੱਗੇ ਰਹਿੰਦੇ ਹਨ ਅਤੇ ਤਾਮਸੀ ਸ਼ਰਧਾ ਵਾਲੇ ਭੂਤ ਪ੍ਰੇਤਾਂ ਨੂੰ ਪੂਜਦੇ ਹਨ। ਸ਼ਾਸਤਰ ਵਿਧੀ ਤੋਂ ਰਹਿਤ ਇਹਨਾਂ ਪੂਜਾਵਾਂ ਨਾਲ ਇਹ ਤਿੰਨੋਂ ਤਰ੍ਹਾਂ ਦੇ ਸ਼ਰਧਾਲੂ ਸਰੀਰ ਵਿੱਚ ਸਥਿਤ ਭੂਤ ਸਮੂਹ ਅਰਥਾਤ ਆਪਣੇ ਸੰਕਲਪਾਂ ਨੂੰ ਅਤੇ ਹਿਰਦੇ ਦੇਸ਼ ਵਿੱਚ ਸਥਿਤ ਮੈਨੂੰ ਅੰਤਰਯਾਮੀ ਨੂੰ ਵੀ ਕਮਜ਼ੋਰ ਕਰਦੇ ਹਨ, ਪੂਜਾ ਨਹੀਂ ਕਰਦੇ। ਅਸਲ ਵਿੱਚ ਉਹਨਾਂ ਸਾਰਿਆਂ ਨੂੰ ਤੂੰ ਅਸੁਰ ਹੀ ਜਾਣ, ਅਰਥਾਤ ਭੂਤ ਪ੍ਰੇਤ ਯਕਸ਼ ਰਾਕਸ਼ਸ ਦੇਵਤਿਆਂ ਨੂੰ ਪੂਜਣ ਵਾਲੇ ਅਸੁਰ ਹਨ। ਦੇਵਤਿਆਂ ਦਾ ਪ੍ਰਸੰਗ ਸ਼੍ਰੀ ਕ੍ਰਿਸ਼ਨ ਨੇ ਇੱਥੇ ਤੀਜੀ ਵਾਰ ਦੁਹਰਾਇਆ ਹੈ। ਪਹਿਲਾਂ ਅਧਿਆਇ 7 ਵਿੱਚ ਉਹਨਾਂ ਨੇ ਕਿਹਾ ਸੀ ਕਿ ਅਰਜੁਨ ਕਾਮਨਾਵਾਂ ਨੇ ਜਿਸਦਾ ਗਿਆਨ ਖੋਹ ਲਿਆ ਹੈ ਉਹੀ ਮੂੜ ਬੁੱਧੀ ਹੋਰ ਦੇਵਤਿਆਂ ਨੂੰ ਪੂਜਿਆ ਕਰਦਾ ਹੈ। ਦੂਜੀ ਵਾਰੀ ਅਧਿਆਇ 9 ਵਿੱਚ ਉਸੇ ਪ੍ਰਸ਼ਨ ਨੂੰ ਦੁਹਰਾਇਆ ਤੇ ਕਿਹਾ ਕਿ ਜੋ ਹੋਰ ਦੇਵਤਿਆਂ ਦੀ ਪੂਜਾ ਕਰਦੇ ਹਨ ਉਹ ਵੀ ਮੇਰੀ ਹੀ ਪੂਜਾ ਕਰਦੇ ਹਨ, ਪਰ ਉਹਨਾਂ ਦਾ ਉਹ ਪੂਜਣਾ ਅਵਿਧੀ ਪੂਰਵਕ ਹੈ, ਅਰਥਾਤ ਸ਼ਾਸਤਰ ਨਿਰਧਾਰਿਤ ਵਿਧੀ ਤੋਂ ਵੱਖ ਹੈ, ਇਸ ਲਈ ਉਹ ਪੂਜਾ ਨਸ਼ਟ ਹੋ ਜਾਂਦੀ ਹੈ, ਫਿਜ਼ੂਲ ਹੈ। ਹੁਣ ਇੱਥੇ 17ਵੇਂ ਅਧਿਆਇ ਵਿੱਚ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਆਸੁਰੀ ਸੁਭਾਅ ਵਾਲਾ ਕਹਿੰਦੇ ਹੋਏ ਸਪਸ਼ਟ ਕਰਦੇ ਹਨ ਕਿ ਸਿਰਫ ਇੱਕ ਪਰਮਾਤਮਾ ਦੀ ਹੀ ਪੂਜਾ ਦਾ ਵਿਧਾਨ ਹੈ। ਉਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ 4 ਪ੍ਰਸ਼ਨ ਚੁੱਕੇ, ਆਹਾਰ, ਯੱਗ, ਤਪ ਅਤੇ ਦਾਨ। ਆਹਾਰ 3 ਪ੍ਰਕਾਰ ਦੇ ਹੁੰਦੇ ਹਨ, ਸਾਤਵਿਕ ਪੁਰਸ਼ਾਂ ਨੂੰ ਤਾਂ ਅਰੋਗਤਾ ਦੇਣ ਵਾਲੇ, ਸੁਭਾਵਿਕ ਚੰਗੇ ਲੱਗਣ ਵਾਲੇ ਚਿਕਨੇ ਆਹਾਰ ਅੱਛੇ ਲੱਗਦੇ ਹਨ। ਰਾਜਸੀ ਪੁਰਸ਼ਾਂ ਨੂੰ ਕੌੜੇ, ਤਿੱਖੇ, ਗਰਮ, ਚਟਪਟੇ, ਮਸਾਲੇਦਾਰ, ਰੋਗ ਵਰਧਕ ਭੋਜਨ ਪਸੰਦ ਹੁੰਦੇ ਹਨ। ਤਾਮਸੀ ਪੁਰਸ਼ ਨੂੰ ਜੂਠਾ, ਬਾਸੀ, ਅਪਵਿੱਤਰ ਖਾਣਾ ਚੰਗਾ ਲੱਗਦਾ ਹੈ। ਸ਼ਾਸਤਰ ਵਿਧੀ ਰਾਹੀਂ ਦੱਸਿਆ ਗਿਆ ਯੱਗ, ਜੋ ਆਰਾਧਨਾ ਦੀਆਂ ਅੰਦਰੂਨੀ ਕਿਰਿਆਵਾਂ ਹਨ, ਜੋ ਮਨ ਦਾ ਨਿਰੋਧ ਕਰਦਾ ਹੈ, ਫਲ ਦੀ ਇੱਛਾ ਤੋਂ ਰਹਿਤ ਹੈ, ਐਸਾ ਯੱਗ ਸਾਤਵਿਕ ਹੈ। ਟੋਂਗ ਅਤੇ ਫਲ ਦੀ ਕਾਮਨਾ ਲਈ ਕੀਤਾ ਗਿਆ ਉਹੀ ਯੱਗ ਰਾਜਸੀ ਹੈ ਅਤੇ ਸ਼ਾਸਤਰ ਵਿਧੀ ਰਹਿਤ ਮੰਤਰ ਦਾਨ ਅਤੇ ਬਗੈਰ ਸ਼ਰਧਾ ਨਾਲ ਕੀਤਾ ਯੱਗ ਤਾਮਸੀ ਹੈ ਪਰਮ ਦੇਵ ਪਰਮਾਤਮਾ ਵਿੱਚ ਪ੍ਰਵੇਸ਼ ਦਿਉਣ ਵਾਲੀਆਂ ਸਾਰੀਆਂ ਯੋਗਤਾਵਾਂ ਜਿਸ ਵਿੱਚ ਮੌਜੂਦ ਹਨ, ਉਸ ਗਿਆਨੀ ਸਤਿਗੁਰੂ ਦੀ ਪੂਜਾ, ਸੇਵਾ ਅਤੇ ਅੰਤਕਰਨ ਵਿੱਚ ਅਹਿੰਸਾ, ਬ੍ਰਹਮਚਾਰਯ ਅਤੇ ਪਵਿੱਤਰਤਾ ਲਈ ਸਰੀਰ ਨੂੰ ਤਪਾਉਣਾ ਸਰੀਰ ਦਾ ਤਪ ਹੈ। ਸੱਚ, ਪਿਆਰ ਅਤੇ ਭਲੇ ਦੀ ਭਾਵਨਾ ਨਾਲ ਬੋਲਣਾ ਬਾਣੀ ਦਾ ਤਪ ਹੈ ਅਤੇ ਮਨ ਨੂੰ ਕਰਮ ਵਿੱਚ ਲਗਾ ਕੇ ਰੱਖਣਾ ਈਸਟ ਤੋਂ ਸਿਵਾਏ ਹੋਰ ਗੱਲਾਂ ਦੇ ਖਿਆਲ ਵਿੱਚ ਮਨ ਨੂੰ ਮੌਨ ਰੱਖਣਾ ਮਨ ਦਾ ਤਪ ਹੈ। ਮਨ, ਵਾਣੀ ਅਤੇ ਸਰੀਰ ਇਹਨਾਂ ਤਿੰਨਾਂ ਨੂੰ ਮਿਲਾ ਕੇ ਇਸ ਤਰ੍ਹਾਂ ਤਪਾਉਣਾ ਸਾਤਵਿਕ ਤਪ ਹੈ। ਇਸੇ ਤਪ ਨੂੰ
ਕਾਮਨਾਵਾਂ ਦੇ ਨਾਲ ਤਪ ਕਰਨਾ ਰਾਜਸੀ ਤਪ ਹੈ ਅਤੇ ਤਾਮਸੀ ਤਪ ਸ਼ਾਸਤਰ ਵਿਧੀ ਦੇ ਵਿਰੁੱਧ ਇੱਛਾ ਅਨੁਸਾਰ ਤਪ ਹੈ। ਕਰਤੱਵ ਮੰਨ ਕੇ ਦੇਸ਼ ਕਾਲ ਅਤੇ ਦਾਨ ਦੇ ਯੋਗ ਵਿਅਕਤੀ ਨੂੰ ਸ਼ਰਧਾ ਨਾਲ ਦਿੱਤਾ ਗਿਆ ਦਾਨ ਸਾਤਵਿਕ ਹੈ। ਕਿਸੇ ਲਾਭ ਲਈ ਮਜਬੂਰੀ ਨਾਲ ਦਿੱਤਾ ਗਿਆ ਦਾਨ ਰਾਜਸੀ ਹੈ ਅਤੇ ਝਿੜਕੀਆਂ ਨਾਲ ਅਯੋਗੇ ਬੰਦੇ ਨੂੰ ਦਿੱਤਾ ਦਾਨ ਤਾਮਸੀ ਹੈ। ਓਮ ਤਤ ਅਤੇ ਸਤ ਦਾ ਸਵਰੂਪ ਦੱਸਦਿਆਂ ਯੋਗੇਸ਼ਵਰ ਨੇ ਕਿਹਾ ਕਿ ਇਹ ਨਾਮ ਪਰਮਾਤਮਾ ਦਾ ਚੇਤਾ ਕਰਾਉਂਦੇ ਹਨ। ਸ਼ਾਸਤਰ ਵਿਧੀ ਨਾਲ ਨਿਰਧਾਰਿਤ ਤਪ ਦਾਨ ਤੇ ਯੱਗ ਆਰੰਭ ਕਰਦਿਆਂ ਓਮ ਦਾ ਪ੍ਰਯੋਗ ਹੁੰਦਾ ਹੈ ਅਤੇ ਪੂਰਨਤਾ ਕਰਾਉਣ ਦੇ ਬਾਅਦ ਹੀ ਓਮ ਸੰਤੁਸ਼ਟ ਹੁੰਦਾ ਹੈ। ਤਤ ਦਾ ਮਤਲਬ ਹੈ ਉਹ ਪਰਮਾਤਮਾ, ਉਸਦੇ ਪ੍ਰਤੀ ਸਮਰਪਿਤ ਹੋ ਕੇ ਹੀ ਉਹ ਕਰਮ ਹੁੰਦਾ ਹੈ ਅਤੇ ਜਦੋਂ ਕਰਮ ਸਿਲਸਿਲੇਵਾਰ ਭਲੀ ਭਾਂਤ ਹੋਣ ਲੱਗੇ ਤਾਂ ਉਸ ਲਈ ਸੱਤਯ ਦਾ ਪ੍ਰਯੋਗ ਹੁੰਦਾ ਹੈ। ਭਜਨ ਹੀ ਸੱਤਯ ਹੈ। ਸੱਤਯ ਦੇ ਪ੍ਰਤੀ ਭਾਵਨਾ ਅਤੇ ਸਾਧੂ ਭਾਵਨਾ ਅਰਥਾਤ ਸੱਚ ਦੀ ਭਾਵਨਾ ਲਈ ਹੀ ਸੱਤਯ ਦਾ ਪ੍ਰਯੋਗ ਹੁੰਦਾ ਹੈ। ਪਰਮਾਤਮਾ ਦੀ ਪ੍ਰਾਪਤੀ ਕਰਾ ਦੇਣ ਵਾਲਾ ਕਰਮ ਹੀ ਪੂਰੀ ਤਰ੍ਹਾਂ ਸੱਤਯ ਹੈ। ਪਰ ਇਹਨਾਂ ਸਾਰੇ ਤਪਾਂ ਦੇ ਨਾਲ ਸ਼ਰਧਾ ਬਹੁਤ ਜ਼ਰੂਰੀ ਹੈ। ਸ਼ਰਧਾ ਦੇ ਬਿਨਾਂ ਕੀਤਾ ਕਰਮ, ਦਿੱਤਾ ਹੋਇਆ ਦਾਨ, ਤਪਿਆ ਹੋਇਆ ਤਪ ਨਾ ਇਸ ਜਨਮ ਵਿੱਚ ਲਾਭ ਦਿੰਦਾ ਹੈ ਨਾ ਅਗਲੇ ਜਨਮ ਵਿੱਚ। ਸ਼ਰਧਾ ਪਹਿਲੀ ਗੱਲ ਹੈ। ਸਾਰੇ ਅਧਿਆਏ ਵਿੱਚ ਸ਼ਰਧਾ ਦੀ ਚਰਚਾ ਹੈ ਅਤੇ ਅੰਤ ਨੂੰ ਓਮ, ਤਤ ਅਤੇ ਸੱਤ ਦੀ ਵਿਸਤ੍ਰਿਤ ਵਿਆਖਿਆ ਹੈ ਜੋ ਗੀਤਾ ਦੇ ਸ਼ਲੋਕਾਂ ਵਿੱਚ ਪਹਿਲੀ ਵਾਰ ਆਈ ਹੈ। ਇਸ ਲਈ ਓਮ ਤਤਸਦਿਤੀ ਸ਼੍ਰੀ ਮਦ ਭਗਵਦ ਗੀਤਾ ਸੂਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਓਮ ਤਤ ਸਤ ਸ਼੍ਰਦ੍ਧਾ ਤ੍ਰਯ ਵਿਭਾਗ ਯੋਗੋ ਨਾਮ ਸਪਤਦਸ਼ੋਧਿਆਯ। ਇਸ ਤਰ੍ਹਾਂ ਸ਼੍ਰੀਮਦ ਭਗਵਦ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਤੇ ਯੋਗ ਵਿਸ਼ਕ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਸੰਵਾਦ ਵਿੱਚ ਓਮ ਤਤ ਸਤ ਤਥਾ ਸ਼੍ਰਦ੍ਧਾ ਤ੍ਰਯ ਵਿਭਾਗ ਯੋਗ ਨਾਮਕ 17ਵਾਂ ਅਧਿਆਇ ਪੂਰਾ ਹੁੰਦਾ ਹੈ। ਇਤਿ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਦ ਗੀਤਾਯ ਯਥਾਰਥ ਗੀਤਾ ਭਾਸ਼ਯ ਓਮ ਤਤ ਸਤ ਸ਼੍ਰਦ੍ਧਾ ਤ੍ਰਯ ਵਿਭਾਗ ਯੋਗੋ ਨਾਮ ਸਪਤਦਸ਼ੋਧਿਆਯ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ ਸਵਾਮੀ ਸ਼੍ਰੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਦ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਓਮ ਤਤ ਸਤ ਸ਼੍ਰਦ੍ਧਾ ਤ੍ਰਯ ਵਿਭਾਗ ਯੋਗੋ ਨਾਮਕ 17ਵਾਂ ਅਧਿਆਇ ਪੂਰਾ ਹੁੰਦਾ ਹੈ। ਹਰਿ ਓਮ ਤਤ ਸਤਿ।